ਕੀ ਬਣਾਉਣ ਲੱਗੇ ਜੀ? ਬਲੋਚ ਸਾਹਿਬ ਜਨਾਬ ਬਣਾਉਣ ਲੱਗੇ ਨੇ ਚਾਵਲ, ਇੱਥੇ ਗਰਮਾ ਗਰਮ ਚਾਵਲਾਂ ਦਾ ਸੀਨ ਆਉਣ ਲੱਗਾ। ਇੱਕ ਪਾਈਆ ਇਹਦੇ ਵਿੱਚ ਆਇਲ ਪਾਵਾਂਗੇ, ਬਾਕੀ ਜਿਹੜਾ ਨਾ ਟਮਾਟਰ ਪਿਆਜ਼ ਉਹਦੀ ਗ੍ਰੇਵੀ ਬਣਾ ਕੇ ਉਹ ਭੁੰਨਾਂਗੇ, ਨਾਲ ਚਿਕਨ ਭੁੰਨਾਂਗੇ, ਬਾਕੀ ਪ੍ਰੋਸੀਜਰ ਨਾਲ ਉਹਨਾਂ ਤੁਹਾਨੂੰ ਦੱਸਦੇ ਜਾਵਾਂਗੇ। ਆ ਬੋਲਨੇ ਇਸ ਤੋਂ ਬਾਅਦ ਕੀ ਪਾਣਾ? ਅੱਛਾ ਜੀ, ਪਲਾਓ ਬਣਾ ਲੱਗੇ ਆ, 2 ਕਿਲੋ ਚਾਵਲ, 2 ਕਿਲੋ ਚਿਕਨ ਦਾ, ਉਹਦੇ ਵਿੱਚ ਇੱਕ ਪਾਈਆ ਸੋਰੀ 1 ਕਿਲੋ ਜਿਹੜਾ ਨਾ ਪਿਆਜ਼ ਅਸੀਂ ਬਰਾਊਨ ਕਰ ਲੈਣਾ। ਬਰਾਊਨ ਕਰਕੇ ਇਹਦੇ ਵਿੱਚ 1/2 ਕਿਲੋ ਟਮਾਟਰ ਪਾ ਕੇ ਗ੍ਰਾਇੰਡ ਕਰ ਲੈਣਾ, ਤਾਂ ਕਿ ਜਿਹੜਾ ਨਾ ਪਲਾਓ ਸਾਡਾ ਟੁੱਟਦਾ। ਇੱਕ ਪਾਈਆ ਇਹਦੇ ਵਿੱਚ ਆਇਲ ਪਾ ਲਿਆ, ਇੱਕ ਪਾਈਆ, ਉਸ ਤੋਂ ਬਾਅਦ ਇਹਨੂੰ ਗ੍ਰੇਵੀ ਨੂੰ ਭੁੰਨ ਲਵਾਂਗੇ, ਫਿਰ ਨਮਕ ਮਿਰਚ ਅਤੇ ਬਾਕੀ ਮਸਾਲੇ ਪਾ ਲਵਾਂਗੇ। ਹਾਂ ਚਲੋ ਚੱਲ ਪਾਈ ਜਾਣਾ, ਤੂੰ ਆਪਣਾ ਕੰਮ ਤੁਸੀਂ ਦੇ ਸਾਈਡ 'ਤੇ ਹੋ। ਅੱਛਾ ਜੀ, ਇਹਦੇ 'ਚ 2 ਚਮਚੇ ਜਿਹੜਾ ਨਾ ਲਾਲ ਮਿਰਚ ਦੇ ਪਾਵਾਂਗੇ, ਹਲਦੀ ਨਹੀਂ ਪੈਣੀ। ਉਸ ਤੋਂ ਬਾਅਦ ਜਿਹੜਾ ਨਾ ਇਹਦੇ ਵਿੱਚ 6 ਚਮਚੇ ਜਿਹੜਾ ਨਾ ਅਸੀਂ ਪਾਵਾਂਗੇ ਨਮਕ ਦੇ। ਇਹ 2 ਕਿਲੋ ਚਾਵਲਾਂ ਦੀ ਤੁਹਾਨੂੰ ਰੈਸਪੀ ਦੱਸ ਦਵਾਂਗਾ। 1 ਕਿਲੋ ਚਿਕਨ ਪਾ ਲਵਾਂਗੇ, ਅਤੇ ਇਹਨੂੰ ਅੱਛੀ ਤਰ੍ਹਾਂ ਜਿਹੜਾ ਨਾ ਭੁੰਨ ਲਵਾਂਗੇ, ਅੱਛੀ ਤਰ੍ਹਾਂ ਭੁੰਨ ਕੇ ਅਤੇ ਫਿਰ ਇਹ 'ਚ ਪਾਣੀ ਲਾ ਦਿਆਂਗੇ, ਉਸ ਤੋਂ ਬਾਅਦ ਫਿਰ ਚਾਵਲ ਪਾਵਾਂਗੇ। ਅੱਛਾ ਜੀ, ਪਲਾਓ ਦੇ ਚਿਕਨ ਦੀ ਬਣਾਈ ਹੋ ਰਹੀ ਹੈ ਔਰ ਇਹਦੀ ਤਕਰੀਬਨ ਕਾਫੀ ਹੱਦ ਤੱਕ ਬਣਾਈ ਹੋ ਚੁੱਕੀ ਹੈ। ਚਿਕਨ ਪਾ ਕੇ ਗ੍ਰੇਵੀ ਦੇ ਵਿੱਚ 10 ਤੋਂ 15 ਮਿੰਟ ਕਮ ਸੇ ਕਮ ਭੁੰਨਣਾ, ਉਸ ਤੋਂ ਬਾਅਦ ਇਹਨੂੰ ਪਾਣੀ ਲਾ ਦੇਣਾ, ਪਾਣੀ ਲਾ ਕੇ ਫਿਰ ਚਾਵਲ ਪਾ ਕੇ ਦਮ ਲਾ ਦੇਣਾ। ਤਕਰੀਬਨ ਅਗਰ ਤੁਹਾਡਾ 2 ਕਿਲੋ ਚਾਵਲ ਹੈ ਤੇ ਉਹਦੇ 'ਚ 3 ਲੀਟਰ ਪਾਣੀ ਲੱਗੇਗਾ। ਆ ਉਬਾਲੇ ਆ ਗਿਆ ਨਾ ਪਾਣੀ 'ਚ, ਤੇ ਹੁਣ ਚਾਵਲ ਪਾਣ ਲੱਗੇ ਜੇ। ਹਾਂ ਜੀ, ਨਾਲ ਹੁਣ ਚਾਵਲ ਪਾਵਾਂਗੇ। ਸਾਂਬੇ ਦਾ ਪਤੀਲਾ ਤੇ ਚਾਵਲ, ਇਹ ਬੜਾ ਅੱਛਾ ਕੰਬੀਨੇਸ਼ਨ ਹੈ। ਨਹੀਂ ਨਹੀਂ, ਬਸ ਇਹ ਰਹਿਣ ਦਿਓ। ਇਹ 2 ਕਿਲੋ ਚਾਵਲ ਤੁਹਾਨੂੰ ਰੈਸਪੀ ਦੱਸਣਾ ਪਿਆ, ਚੰਗੀ ਤਰ੍ਹਾਂ ਚਿਕਨ ਦੀ ਯਸ ਤੋਂ ਨਿਕਲ ਆਵੇ, ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਨਾ ਚਾਵਲ ਪਾਉਣੇ ਨੇ। ਚਿਕਨ ਯਾਨੀ ਜਦੋਂ ਪਾਣੀ ਪਾਉਂਦੇ ਹੋ ਉਹਦੇ 'ਤੇ ਢੱਕਣ ਰੱਖ ਦਿਓ, 10 ਮਿੰਟ ਚਿਕਨ ਨੂੰ ਪੱਕਣ ਦਿਓ, ਉਸ ਤੋਂ ਬਾਅਦ ਫਿਰ ਚਾਵਲ ਪਾਓ। ਜੀ ਸ਼ੈਫ ਸਾਹਿਬ, ਅੱਛਾ ਜੀ, ਚਾਵਲਾਂ ਦੇ ਆਪਣਾ ਪਾਣੀ ਦੇ ਵਿੱਚ ਚਾਵਲ ਪਾ ਦਿੱਤੇ, ਉਹਨਾਂ ਨੂੰ ਹਲਕਾ ਜਿਹਾ ਹਿਲਾ ਲੈਣਾ, 5 ਮਿੰਟ ਦਾ ਉੱਤੇ ਢੱਕਣ ਰੱਖ ਦੇਣਾ। 5 ਮਿੰਟ ਤੱਕ ਜਦੋਂ ਪਾਣੀ ਖੁਸ਼ਕ ਹੋਵੇ ਫਿਰ ਹਲਕਾ ਜਿਹਾ ਹਿਲਾ ਕੇ ਅਤੇ ਉਹਨਾਂ ਨੂੰ ਦਮ ਲਾ ਦੇਣਾ। ਪਾਣੀ ਛੱਡ ਕੇ ਦਮ ਲਾਓਗੇ ਤਾਂ ਬੜਾ ਜੂਸੀ ਅਤੇ ਬੜਾ ਬਿਹਤਰੀਨ ਤੁਹਾਡਾ ਪਲਾਓ ਰੈਡੀ ਹੋਏਗਾ। ਇਹ ਹੁਣ ਦਮ ਦੀ ਕੰਡੀਸ਼ਨ ਤੇ ਆ ਗਿਆ, ਇਹ ਹੁਣ ਦਮ ਲਾ। ਜੀ ਸ਼ੈਫ ਸਾਹਿਬ, ਵੀ ਜਨਾਬ ਚਾਵਲਾਂ ਨੂੰ ਲਾ ਦਿੰਦੇ ਹਾਂ ਦਮ, 10 ਮਿੰਟਾਂ ਬਾਅਦ ਇਨਸ਼ਾਅੱਲਾ ਇਹਨਾਂ ਦਾ ਦਮ ਖੋਲਾਂਗੇ ਤੇ ਚਾਵਲ ਸਾਡੇ ਰੈਡੀ।